ਅੱਜ ਆਪਾਂ ਬੱਚਿਆਂ ਦੀ ਮਨਪਸੰਦ ਚੀਜ਼ ਬਣਾਵਾਂਗੇ ਪੋਟੈਟੋ ਟਵਿਸਟਰ ਬਹੁਤ ਕ੍ਰਿਸਪੀ ਬਣਦੇ ਨੇ ਬਹੁਤ ਘੈਂਟ ਬਣਦੇ ਨੇ ਆਜੋ ਸਿੱਖੀਏ ਕਿਵੇਂ ਬਣਾ। ਪਹਿਲਾਂ ਤਾਂ ਇੱਕ ਤੁਹਾਨੂੰ ਲੋਹੀ ਦੀ ਸਲਾਈ ਦੀ ਲੋੜ ਹੈਗੀ। ਚਾਹੇ ਤੁਸੀਂ ਪਛਮਾਲੀ ਸਲਾਈ ਵੀ ਲੈ ਸਕਦੇ ਹੋ ਤੇ ਛੋਟੀ ਸਲਾਈ ਲੈਣੀ ਹੈ ਜਿੰਨੀ ਆਪਣੀ ਕੜਾਹੀ ਦੇ ਵਿੱਚ ਡਿੱਪੋ ਜੇ। ਹੁਣ ਇੱਕ ਚਾਕੂ ਨਾਲ ਤੁਸੀਂ ਇਸ ਤਰ੍ਹਾਂ ਇਹਨੂੰ ਜਿਹੜੇ ਚਾਕੂ ਦੀ ਧਾਰ ਹੋਵੇ ਉਹਨੂੰ ਪੂਰੀ ਸਲਾਈ ਤੱਕ ਘੋਬੋ ਦੇਣਾ ਤੇ ਇਸ ਤਰ੍ਹਾਂ ਘਮਾਉਂਦੇ ਰਹਿਣਾ। ਤੇ ਧਿਆਨ ਰੱਖਣਾ ਕਿ ਘਮਾਉਣਾ ਜਿਹੜਾ ਤੁਸੀਂ ਢੀੜਾਗਾ ਥੋੜਾ ਉੱਥੀ ਨਾ ਆਵੇ ਥੋੜਾ ਜਿਹਾ ਗਾਹਾਂ ਜਾਵੇ। ਤੇ ਥੋੜਾ ਇਹਨੂੰ ਪਤਲਾ ਹੀ ਰੱਖਿਓ ਜਿਆਦਾ ਮੋਟਾ ਕਰੋਗੇ ਤਾਂ ਫਰਾਈ ਕਰਨ ਵੇਲੇ ਦਿੱਕਤ ਆਊਗੀ। ਇਸ ਤਰ੍ਹਾਂ ਤੁਸੀਂ ਇਹਦਾ ਸਪਰਿੰਗ ਜਾਂ ਬਣਾ ਲੈਣਾ ਇਹ ਬਹੁਤ ਘੈਂਟ ਚੀਜ਼ ਬਣਦੀ ਹੈਗੀ ਤੇ ਘਰੇ ਆਪਣੇ ਅੱਖਾਂ ਦੇ ਸਾਹਮਣੇ ਬਣੂਗਾ ਕਿ ਪਤਾ ਲੱਗੂਗੇ ਆਪਾਂ ਕਿਹੜਾ ਤੇਲ ਵਰਤੇ ਆ ਕੀ ਚੀਜ਼ ਵਰਤੀ ਆ। ਤੇ ਹੁਣ ਆਪਾਂ ਇਹਨੂੰ ਬਣਾਵਾਂਗੇ ਜੀ ਘੋਲ ਇਹਦੇ ਵਾਸਤੇ। ਤੇ ਆਹ ਲੋ ਜੀ ਆਪਾਂ ਤਿਆਰੀ ਕਰਦੇ ਆਂ ਇਹ ਚ ਪਾ ਰਹੇ ਆਂ ਅਰਾ ਰੋਟ। ਤੁਸੀਂ ਚਾਹੋ ਵਿੱਚ ਬੇਸਣ ਵੀ ਪਾ ਸਕਦੇ ਹੋ ਪਰ ਇਕੱਲੇ ਅਰਾ ਰੋਟ ਨਾਲ ਕ੍ਰਿਸਪੀ ਜਿਆਦਾ ਬਣ ਜਾਂਦਾ। ਤੇ ਥੋੜਾ ਜਿਹਾ ਤੁਸੀਂ ਬੇਸਣ ਪਾ ਸਕਦੇ ਹੋ ਤੇ ਮਸਾਲੇ ਪਾ ਲੈਨੇ ਮਰਜ਼ੀ ਦੇ। ਅਦਰਕ ਲਸਣ ਹਰੀ ਮਿਰਚ ਦੀ ਚਟਨੀ ਵੀ ਤੁਸੀਂ ਐਡ ਕਰ ਸਕਦੇ ਹੋਗੇ ਤੇ ਆ ਦੇਖੋ ਜੀ ਇਸ ਤਰ੍ਹਾਂ ਦਾ ਘੋਲ ਰੈਡੀ ਕਰ ਲੈਣਾ ਇਹਦੇ ਵਿੱਚ ਬਜ਼ਾਰਾਂ ਚ ਕਲਰ ਪਾਉਂਦੇ ਆਗੇ yellow ਜਾਂ ਕਲਰ ਪਾਉਂਦੇ ਨੇ orange ਜਾਂ ਪਰ ਆਪਾਂ ਨਹੀਂ ਪਾ ਰਹੇ ਕਿਉਂਕਿ ਆਪਾਂ ਘਰੇ ਖਾਣੇ ਹੈਗੇ ਤਾਂ ਆਪਾਂ ਘਰੇ ਬੀਚਨੇ ਆ ਇਹ ਥੋੜਾ ਜਿਹਾ ਗਾੜਾ ਘੋਲ ਰੱਖਣਾ ਆਪਾਂ ਤੇ ਹੋਰ ਰੋੜੇ ਇਹਦੇ ਵਿੱਚ ਪਾਤਾ ਮੈਂ ਤੇ ਹੁਣ ਆਪਾਂ ਇਹਨੂੰ ਜਿਹੜਾ ਆਪਣਾ ਪੋਟੈਟੋ ਟਵਿਸਟਰ ਬਣਾਇਆ ਉਹਦੇ ਉੱਤੇ ਚੜਾਵਾਂਗੇ ਤੇ ਬਹੁਤ ਸੌਖੇ ਤਰੀਕੇ ਨਾਲ ਬਣ ਜਾਂਦਾ ਤੇ ਕਾ ਲੈ ਲਓ ਜੀ ਮੈਂ ਬ੍ਰੈਡ ਕ੍ਰਮ ਇਹ ਖਰਾਬ ਨਹੀਂ ਹੁੰਦਾ ਇਹਨੂੰ ਤੁਸੀਂ ਘਰੇ ਰੱਖ ਸਕਦੇ ਹੋ ਮਹੀਨਾ ਦੋ ਮਹੀਨੇ ਲਈ ਵੇ ਬਾਜ਼ਾਰ ਚ 50 60 ਰੁਪਏ ਕਿਲੋ ਮਿਲ ਜਾਂਦਾ ਇਹਦੇ ਨਾਲ ਕ੍ਰਿਸਪੀਪਨ ਆ ਜਾਂਦਾ ਜਿਵੇਂ ਆਪਾਂ ਬਿਜਾਰਾਂ ਚੋਂ ਖਾਂਦੇ ਹੈਗੇ ਤੇ ਆ ਦੇਖੋ ਜੀ ਇਸ ਤਰ੍ਹਾਂ ਤੁਸੀਂ ਸਾਰਾ ਘੋਲੇ ਦੇ ਉੱਤੇ ਲਾ ਲੈਣਾਗਾ ਇਸ ਤਰ੍ਹਾਂ ਘੋਲ ਲੱਗ ਗਿਆ ਤੇ ਸਾਰੇ ਨੂੰ ਚੰਗੀ ਤਰ੍ਹਾਂ ਘੋਲ ਨੂੰ ਕੋਈ ਵੀ ਥਾਂ ਇਹਦਾ ਛੱਡਣਾ ਨਹੀਂ ਕਿ ਜਿੱਥੇ ਆਪਣਾ ਰੋਟਾ ਬੇਸਣ ਦਾ ਘੋਲ ਲੱਗੇ ਨਾ ਬਾਜ਼ਾਰਾਂ ਦੇ ਵਿੱਚ ਰੰਗ ਪਾਉਂਦੇ ਨੇ ਇਹ ਸੋਨਾ ਜ਼ਰੂਰ ਲੱਗਦਾ ਉਹਦੇ ਨਾਲ ਪਰ ਐਂਕਿਉਂਕਿ ਉਹ ਸਿਹਤ ਲਈ ਹਾਨੀਕਾਰਕਾ ਇਹਨੂੰ ਆਪਾਂ ਘਰੇ ਜਵਾਕਾਂ ਨੂੰ ਵੀ ਖਵਾ ਸਕਦੇ ਆ ਤਾਂ ਇਹਦੇ ਵਿੱਚ ਕੋਈ ਜ਼ਿਆਦਾ ਹਾਨੀਕਾਰਕ ਵਾਲੀਆਂ ਚੀਜ਼ਾਂ ਨਹੀਂ ਆ ਤੇ ਇਸ ਤਰ੍ਹਾਂ ਉੱਪਰ ਤੁਸੀਂ ਇਹਦਾ ਛੜਕਾ ਕਰਨਾਗਾ ਆਪਣੇ ਬ੍ਰੈਡ ਗ੍ਰਾਮ ਦਾ ਸਾਰੇ ਚੰਗੀ ਤਰ੍ਹਾਂ ਅੰਦਰ ਤੱਕ ਇਹਨੂੰ ਭਰ ਦੇਣਾਗਾ ਤੇ ਇਸੇ ਨਾਲ ਹੀ ਕ੍ਰਿਸਪੀ ਬਣ ਤੇ ਖਸਤਾ ਬਣ ਲੈ ਕੇ ਆਉਣਾਗਾ ਤੇ ਆ ਦੇਖੋ ਜੀ ਤੇ ਹੁਣ ਵਾਰੀ ਇਹਨੂੰ ਫਰਾਈ ਕਰਨ ਦੀ ਕੜਾਈ ਮੈਂ ਚਲਾ ਲੂੰਗਾ ਤੇ ਕੜਾਈ ਦੇ ਵਿੱਚ ਤੇਲ ਪਾ ਲੈਣਾ ਰਿਫਾਇਨਡ ਪਾ ਲਓ ਤੁਸੀਂ ਤਾਂ ਜ਼ਿਆਦਾ ਵਧੀਆ ਤੇ ਕਿਹੋ ਜਿਹੀ ਵੀ ਫਰਾਈ ਕਰ ਸਕਦੇ ਹੋਗੇ ਤੇ ਸੇਕਾ ਜ਼ਿਆਦਾ ਰਕਮ ਜ਼ਿਆਦਾ ਨਹੀਂ ਫੁੱਲ ਕਰਨਾ ਨਹੀਂ ਤਾਂ ਇਹ ਕਿਹੋ ਵਾਰੀ ਜੀ ਮੱਚ ਜੂਗਾ ਤੇ ਅੰਦਰ ਤੱਕ ਨਹੀਂ ਰੜਨਾ ਸੇਕਾ ਮੀਡੀਅਮ ਹਾਈ ਰੱਖਣਾਗਾ ਤੇ ਜਣੀ ਕਿ ਆਦਤ ਉਹ ਥੋੜਾ ਜਿਹਾ ਵੱਧ ਤੇ ਆ ਦੇ ਕੋਈ ਤੇਲ ਇਹ ਡੁੱਬਿਆ ਨਹੀਂਗਾ ਤੁਸੀਂ ਛੋੜੇ ਕੋਲੇ ਕੜਾਈ ਜੇ ਜ਼ਿਆਦਾ ਤੇਲ ਆ ਤਾਂ ਤੁਸੀਂ ਉਹਨੂੰ ਵਿੱਚ ਵੀ ਛੱਟ ਸਕਦੇ ਹੋ ਮੇਰੇ ਕੋਲ ਤੇਲ ਥੋੜਾ ਘੱਟ ਆ ਇਹਦੇ ਚ ਤਾਂ ਕਰਕੇ ਮੈਂ ਇਹਦੇ ਨਾਲ ਝਾਰਨੀ ਨਾਲ ਉੱਪਰ ਪਾਈ ਜਨਾ ਤੇ ਆ ਦੇਖੋ ਜੀ ਉੱਪਰ ਚੰਗੀ ਤਰ੍ਹਾਂ ਇਹਨੂੰ ਰੜ ਦੇਣਾ ਘੱਟੋ ਘੱਟ ਇਹ 5 ਤੋਂ 10 ਮਿੰਟ ਲਊਗਾ ਕ੍ਰਿਸਪੀ ਹੋਣ ਚ ਤੇ ਬਿਲਕੁਲ ਜਦੋਂ ਡਾਰਕ ਬ੍ਰਾਊਨ ਹੋ ਗਿਆ ਸਾਰਾ ਬ੍ਰੈਡ ਕ੍ਰਮ ਉੱਪਰਲਾ ਰੜ ਗਿਆ ਉਦੋਂ ਸਮਝੋਗੇ ਆਪਣਾ ਜਿਹੜਾ ਪੋਟੈਟੋ ਆ ਉਹ ਪੂਰੀ ਚੰਗੀ ਤਰ੍ਹਾਂ ਫਰਾਈ ਹੋ ਜਾਊਗਾ ਆ ਦੇਖੋ ਜੀ ਬਰਾਊਨ ਹੋਣ ਲੱਗ ਗਿਆ ਤੇ ਪਰ ਇਹਨੂੰ ਆਪਾਂ ਡਾਰਕ ਬਰਾਊਨ ਕਰਾਂਗੇ ਬਹੁਤ ਕੈਂਟ ਚੀਜ਼ ਹੈਗੀ ਤੁਸੀਂ ਘਰੇ ਬਣਾ ਕੇ ਦੇਖਿਓ ਕ੍ਰਿਸਪੀ ਬਣਦੀ ਹੈ ਤੇ ਬੱਚੇ ਬੜੇ ਖੁਸ਼ ਹੋ ਕੇ ਖਾਂਦੇ ਆ ਬਾਹਰਲੀਆਂ ਚੀਜ਼ਾਂ ਨਾਲੋਂ ਚੰਗਾ ਹੈ ਤੇ ਆ ਆਪਣਾ ਪੋਟੈਟੋ ਟਵਿਸਟਰ ਬਣ ਕੇ ਰੈਡੀ ਆ ਤੇ ਹੁਣ ਇਹਦੇ ਉਪਰ ਆਪਾਂ ਥੋੜੀਆਂ ਸੌਸਾਂ ਲਾਵਾਂਗੇ ਉਹ ਤੁਸੀਂ ਕਿਸੇ ਵੀ ਤਰ੍ਹਾਂ ਦੀ ਲਾ ਸਕਦੇ ਹੋ ਮੈਂ ਮੈਂ ਇਨੀ ਸੌਸ ਲਾ ਰਿਆ ਇਹ ਥੋੜੀ ਵਧੀਆ ਕੰਪਨੀ ਦੀ ਵਰਤੋ ਜਿਹੜੀ ਲੋਕਲ ਹੁੰਦੀ ਆ ਉਹ ਕਿਤੇ ਤੇ ਤੇਲ ਵਗੈਰਾ ਤੋਂ ਬਣੀ ਹੁੰਦੀ ਆ ਜਿਹੜੀ ਥੋੜੀ ਵਧੀਆ ਹੁੰਦੀ ਹੈ ਗਲੈਸ ਹੁੰਦੀ ਹੈਗੀ ਇਹ ਵਧੀਆ